40 ਦਿਹਾੜਿਆਂ ਦਾ ਵਾਦਾ ਹੈ ਮੇਰਾ ਦਿਲ ਲੈ ਕੇ ਇਹਨਾਂ ਨੂੰ ਦੱਸੀਏ ਕਿ ਲਾਹੌਰ ਇੰਜ ਪੜਿਆ ਜਾਂਦਾ ਹੈ ਲਾਹੌਰ ਬਣਾਵਾ ਚੰਗ ਨੂੰ ਬੜਾ ਸੋਹਣਾ ਪੇ ਸੁਣਦੇ ਜੇ ਤੁਹਾਨੂੰ ਨਜ਼ਰ ਨਾ ਲੱਗੇ ਅੱਲਾ ਦੇ ਹੁਕਮ ਦੇ ਨਾਲ 40 ਦਿਹਾੜਿਆਂ ਦਾ ਵਾਦਾ ਕੀਤਾ ਅੱਲਾ ਦੇ ਪਿਆਰੇ ਮਹਿਬੂਬ 39 ਦਿਨ ਬਾਬਾ ਜੀ ਗੁਜ਼ਰ ਗਏ ਬੜੀ ਵੱਡੀ ਜੰਗ ਕੀਤੀ ਜਰਨੈਲਾਂ ਏਡੀ ਵੱਡੀ ਜੰਗ ਹੋਈ ਲੰਗਰ ਨਾਲ ਐਵੇਂ ਪਰੇਸ਼ਾਨ ਹੋ ਜਾਂਦੇ ਜੀ ਯਾਰ ਲੰਗਰ ਦੇ ਨਾਲ ਹੀ ਲੜਦੇ ਰਹੇ ਨੇ ਜੀ ਚਲੀਵਾਂ ਦਿਨ ਚੜਿਆ ਅੱਲਾ ਦੇ ਸੱਚੇ ਨਬੀ ਇਰਸ਼ਾਦ ਫਰਮਾਇਆ ਜਿਹੜਾ ਮੇਰੇ ਵੀਰ ਅਲੀ ਦੇ ਆਣ ਦੀ ਇਤਲਾਹ ਦੇ ਸੀ ਜੋ ਮੰਗਸੀ ਦੇ ਸੀ ਜੰਨਤ ਦੀ ਗੱਲ ਨਹੀਂ ਕੀਤੀ ਜੰਨਤ ਇਹਨਾਂ ਦੇ ਨੌਕਰ ਗੁਰਬਤ ਤੋਂ ਤੰਗ ਆ ਕੇ ਵੇਚਣੀ ਸ਼ੁਰੂ ਕਰ ਦਿੱਤੇ ਉਹ ਜਿਹੜੇ 39 ਦਿਹਾੜੇ ਲੜਦੇ ਰਹੇ ਅਲੀ ਹਮਜ਼ਾ ਉਹ ਅੱਡੀਆਂ ਚਾਹ ਚਾਹ ਕੇ ਚਾਚਾ ਜ਼ਹੂਰ ਹੁਸੈਨ ਅੱਡੀਆਂ ਚਾਹ ਚਾਹ ਕੇ ਮਦੀਨੇ ਵਾਲੇ ਪਾਸੇ ਵੇਖ ਰਹੇ ਅਲੀ ਦਾ ਇੱਕ ਪੁਰਾਣਾ ਜਿਹਾ ਆਸ਼ਕ ਏ ਏਡਾ ਪੁਰਾਣਾ ਹੈ ਕਿ ਕਮਰ ਵਾਂਗ ਨੂਨ ਦੇ ਝੁਕੀ ਹੋਈ ਏ ਸਲਮਾਨ ਏ ਮੁਹੰਮਦੀ ਅਰਸ਼ਾਂ ਦੇ ਪਾਸੇ ਵੇਖ ਰਹੇ ਇੱਕ ਜਰਨੈਲ ਨੂੰ ਤਰਸ ਆ ਗਿਆ ਕਰੀਬ ਆ ਕੇ ਆਵਾਜ਼ ਦੇ ਕਹਿੰਦਾ ਸਲਮਾਨ ਬੁੱਢੜਾ ਹੋ ਗਿਆ ਤੇਰੀ ਮਾਤੀ ਮਾਰੀ ਗਈ ਏ ਅਲੀ ਮਦੀਨੇ ਆਉਣਾ ਤੂੰ ਅਰਸ਼ਾਂ ਦੇ ਪਾਸੇ ਵੇਖ ਰਿਹਾ ਜਿਹੜਾ ਬੰਦਾ ਹੁਣ ਤੱਕ ਨਹੀਂ ਬੋਲਿਆ ਤੇਰੀ ਚੁੱਪ ਦੀ ਕਸਮ ਏ ਅਲੀ ਦੇ ਬੁੱਢੜੇ ਨੌਕਰ ਯਾ ਅਲੀ ਯਾ ਕੇ ਕਮਰ ਸਿੱਧੀ ਕੀਤੀ ਏ ਉਹ ਜਿਹੜਾ 39 ਦਿਹਾੜੇ ਲੜਦਾ ਰਿਹਾ ਉਸਦੀ ਅੱਖ ਦੇ ਵਿੱਚ ਅੱਕ ਪਾ ਕੇ ਸੱਚਿਆਂ ਦੇ ਸੱਚੇ ਨੌਕਰ ਆਖਿਆ ਉਹ ਲੰਮਿਆਂ ਤੇ ਨਿਕੰਮਿਆਂ ਤੈਨੂੰ ਪਤਾ ਹੀ ਨਹੀਂ ਅਲੀ ਅੱਜ ਮਦੀਨੇ ਨਹੀਂ ਅਲੀ ਅੱਜ ਆਪਣੇ ਅਬਾਈ ਵਤਨ ਅਰਸ਼ਾਂ ਤੋਂ ਸਲਮਾਨ ਨੇ ਸੱਦ ਮਾਰਿਆ ਜੀ ਸੱਡ ਮੈਨੂੰ ਤਾਂ ਸਾਰੀ ਜ਼ਿੰਦਗੀ ਸੁਣਿਆ ਅੱਜ ਮੇਰਾ ਦਿਲ ਏ ਸੱਦ ਸਲਮਾਨ ਖੈਬਰ ਦੇ ਮੈਦਾਨ ਦੇ ਵਿੱਚ ਮਾਰਿਆ ਤੇ ਮੇਰੀ ਜਗ੍ਹਾ ਤੇ ਅੱਜ ਮੇਰਾ ਪੁੱਤਰ ਕਮਾਲ ਝੰਡਵੀ ਸੱਦ ਮਾਰੇ ਇਜਾਜ਼ਤ ਹੈ ਵੇ ਸਲਮਾਨ ਦੂਏ ਬਾਜ਼ੂ ਦਰਾਜ਼ ਕਰਕੇ ਤੇ ਗੱਲ ਕਿਹੜੀ ਆਖੀ ਜਨਾਬ ਮਾਲਿਕ ਕੋਲ ਇਤਰਾਜ਼ੀ ਹੋਵਣ ਜੀਂਦੇ ਰਹੋ ਵਸਦੇ ਰਹੋ ਸੋਹਣਾ ਜਨਾਬ ਨੇ ਸੁਣਿਆ ਹੈ ਜਿਹੜੇ ਬੰਦੇ ਹੁਣ ਤੱਕ ਨਹੀਂ ਬੋਲੇ ਉਹਨਾਂ ਦੀ ਚੁੱਪ ਨੂੰ ਸਾਹਮਣੇ ਰੱਖਦੇ ਹੋਇਆ ਸਲਮਾਨ ਮੁਹੰਮਦੀ ਇੱਕ ਹੱਥ ਅਰਸ਼ਾਂ ਦੇ ਪਾਸੇ ਦੂਸਰਾ ਹੱਥ ਥੱਕੇ ਜਰਨੈਲਾਂ ਦੇ ਪਾਸੇ ਕਰਕੇ ਸਲਮਾਨ ਗੱਲ ਕਿਹੜੀ ਆ ਦੇ ਕਿਆ ਬਾਤ ਹੈ ਜੀ ਤੁਹਾਨੂੰ ਨਜ਼ਰ ਨਾ ਲੱਗੇ ਕਮਾਲ ਹੋ ਗਈ ਖੂਬਸੂਰਤ ਪੇ ਸੁਣਦੇ ਹੋ ਸਰ ਜਾ ਤੇ ਵੇਖੋ ਮੇਰੇ ਪਾਸੇ ਸਲਮਾਨ ਗੱਲ ਕਿਹੜੀ ਆ ਦੇ ਮੌਲਾ ਖੈ